ਕਰਦੇ ਹਾਂ ਚਾਂਸ ਸਟਾਰ ਚਾਂਸ ਸਟਾਰ ਚਾਂਸ ਸਟਾਰ ਆਪਣਾ ਚਾਂਸ ਸਟਾਰ ਅੱਜ ਬਾਪੂ ਬਾਰਾ ਸਿੰਘ ਦੀ ਹਵੇਲੀ ਦੇ ਵਿੱਚ ਤਾਂ ਲੈ ਕੇ ਆ ਰਹੇ ਹਾਂ।
ਤੈਨੂੰ ਪੜਾਉਣਾ ਨੀ, ਦਾਖਲ ਨੀ ਕਰਨਾ। ਕਿਹੜੀ ਗੱਲ? ਆਂਦੇ ਅੱਜ ਨੀ ਕਰਨਾ ਦਾਖਲ। ਕਿਉਂ ਨੀ ਕਰਨਾ? ਆਂਦੇ ਤੈਨੂੰ ਨੀ ਕਰਨਾ। ਕਿਉਂ? ਬੱਤਰੋਂ ਚੜ ਗਿਆ ਤੇਰੀ ਖੱਲ ਲੋਣੀ। ਪਾਗਲ ਜਿਆਦਾ ਆਂਦੇ ਦਾੜੀ ਵਾਲਾ ਨੇ ਅਸੀਂ ਜਮਾਤ ਚ ਪਾਉਣਾ। ਮੈਂ ਕਿਹਾ ਮੈਨੂੰ ਪ੍ਰਾਈਵੇਟ ਪਾ ਦਿਓ, ਮੈਂ ਪੜਨਾ ਜ਼ਰੂਰ ਜਾਣਾ ਪੜ ਕੇ। ਆਂਦੀ ਐਤਵਾਰ ਆ ਜੀ 9 ਵਜੇ। ਸਾਲਿਆ ਐਤਵਾਰ ਤੇ ਛੁੱਟੀ ਹੁੰਦੀ ਹੈ ਤੇ ਪਾਗਲ ਦੇ ਪੁੱਤਰਾ ਤਾਂ ਆਈਏ ਮੈਨੂੰ ਸੱਦਿਆ। ਫਿਰ ਐਤਵਾਰ ਛੁੱਟੀ ਹੁੰਦੀ ਆ। ਫਿਰ ਕੀਤਾ? ਰਾਸੀਆਂ ਦਾ ਮੁੰਡਾ ਇੱਕੇ ਦਿਨ ਪੜਾ ਦਿਓ। ਕਿੱਦਾਂ? ਐਤਵਾਰ ਗਿਆ 9 ਵਜੇ। 9 ਵਜੇ ਜਿਉਂ ਪੜਾਉਂਦਾ ਹੈ, ਜਿਉਂ ਪੜਾਉਂਦਾ ਹੈ, ਜਿਉਂ ਪੜਾਉਂਦਾ ਹੈ। 12 ਵਜੇ ਤੇ 5 ਵਜੇ ਕਰ ਦਿੱਤਾ। ਹਰੀ ਨਾਮ ਲਵਣੇ ਕਿੱਦਾਂ ਹਾਰ ਗਿਆ, ਹਰੀ ਨਾਮ ਲਵਣੇ ਕਿੱਦਾਂ ਹਾਰ ਗਿਆ, ਹਰੀ ਨਾਮ ਲਵਣੇ ਕਿੱਦਾਂ ਹਾਰ ਗਿਆ, ਹਰੀ ਨਾਮ ਲਵਣੇ ਕਿੱਦਾਂ ਹਾਰ ਗਿਆ। ਪੀਪਾ ਭਰਿਆ ਤੇਲ ਦਾ ਕਬੱਡੀ, ਕਬੱਡੀ ਮੁੰਡਾ ਖੇਡਦਾ ਕਬੱਡੀ, ਕਬੱਡੀ ਮੁੰਡਾ ਖੇਡਦਾ ਕਬੱਡੀ, ਕਬੱਡੀ ਮੁੰਡਾ ਖੇਡਦਾ ਜੀ। ਬਹੁਤ ਵਧੀਆ। ਹਾਂਜੀ ਮੈਡਮ ਜੀ, ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਾ? ਵਧੀਆ ਲੱਗਾ? ਜੋ ਪ੍ਰੋਗਰਾਮ ਮਨਾਇਆ ਗਿਆ ਇਹਦੇ ਬਾਰੇ ਦੱਸੋ। ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਪੰਜਾਬ ਦਾ ਕਲਚਰ ਪਤਾ ਕਿਵੇਂ ਦਾ ਕਲਚਰ ਹੈ, ਪੰਜਾਬ ਦਾ ਕਿੱਡਾ ਰਿਚ ਕਲਚਰ ਹੈ, ਕਿੱਡਾ ਰਿਚ ਕਲਚਰ ਹੈਗਾ ਜਿਹੜਾ ਮਿਲਿਆ ਸਰ। ਜਿਹੜਾ ਅੱਜ ਧੀਆਂ ਦੇ ਬਾਰੇ ਤੁਸੀਂ ਪ੍ਰੋਗਰਾਮ ਕੀਤਾ ਹੈ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਜੀ ਸਾਡੇ ਰੀਤੀ ਰਿਵਾਜ ਉਹਨਾਂ ਬਾਰੇ ਦੱਸਿਆ ਗਿਆ। ਬੜਾ ਮਨ ਖੁਸ਼ ਹੋਇਆ ਅੱਜ ਦੀ ਭਾਗ ਦੌੜ ਦੀ ਜ਼ਿੰਦਗੀ ਵਿੱਚ ਅਤੇ ਸ਼ਾਂਤਮਈ ਮਾਹੌਲ ਦੇ ਵਿੱਚ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲੀ। ਪ੍ਰੋਗਰਾਮ ਕਿੱਦਾਂ ਦਾ ਲੱਗਾ ਜੀ ਤੁਹਾਨੂੰ? ਸਭ ਤੋਂ ਵਧੀਆ ਕਿਹੜੀ ਚੀਜ਼ ਲੱਗੀ ਤੁਹਾਨੂੰ? ਬੋਲੀਆਂ ਗਿੱਧਾ ਭੰਗੜਾ ਤੁਹਾਡਾ ਕੀ ਨਾਮ? ਹਾਂਜੀ ਮੈਡਮ, ਪ੍ਰੋਗਰਾਮ ਕੈਸਾ ਲੱਗਾ ਤੁਹਾਨੂੰ? ਬਾਪੂ ਬਾਰਾ ਸਿੰਘ ਦੀ ਹਵੇਲੀ ਦੇ ਵਿੱਚ ਜਿਹੜਾ ਸਰ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਸਾਨੂੰ ਉਹਦੇ ਬਾਰੇ ਤੁਸੀਂ ਅੱਜ ਕੁਛ ਦੱਸੋ। ਮੈਂ ਜਗਜੀਤ ਸਿੰਘ, ਇਹ ਸਾਡੇ ਗ੍ਰੈਂਡ ਫਾਦਰ ਦੇ ਨਾਮ 'ਤੇ ਤਿਆਰ ਕੀਤਾ ਗਿਆ ਸਰਦਾਰ ਬਾਪੂ ਬਾਰਾ ਸਿੰਘ ਦੇ ਨਾਮ 'ਤੇ। ਚਾਲ ਬਾਪੂ ਬਾਰਾ ਸਿੰਘ ਦੀ ਹਵੇਲੀ ਦੇ ਵਿੱਚ ਜਿਹੜਾ ਸਰ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਸਾਨੂੰ ਉਹਦੇ ਬਾਰੇ ਤੁਸੀਂ ਅੱਜ ਕੁਛ ਦੱਸੋ। ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਕਰਗੁਜ਼ਾਰ ਹਾਂ ਚਾਹਲ ਟਰੀ ਫਾਰਮ ਹਾਊਸ 'ਤੇ, ਕਿਉਂਕਿ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕਰਾ ਕੇ ਸਾਨੂੰ ਪੁਰਾਤਨ ਸਮੇਂ ਦਾ ਜੋ ਹੈ ਯਾਦਗਾਰੀ ਇੱਕ ਸਾਡੇ ਵਾਸਤੇ ਉਹ ਖੂਬਸੂਰਤ ਮੌਕਾ ਦਿੱਤਾ ਹੈ। ਕਿਉਂਕਿ ਜੋ ਚੀਜ਼ ਵਿਰਾਸਤ ਅੱਜ ਦੁਨੀਆ ਦੇ ਵਿੱਚ ਲੋਕ ਭੁੱਲ ਚੁੱਕੇ ਨੇ, ਚਾਹਲ ਟਰੀ ਫਾਰਮ ਹਾਊਸ ਵਿੱਚ ਆ ਕੇ ਸਾਨੂੰ ਉਹ ਚੀਜ਼ਾਂ ਦਾ ਪਤਾ ਲੱਗਾ ਹੈ, ਅਤੇ ਇਸ ਕਰਕੇ ਅੱਜ ਤੀਆਂ ਦਾ ਤਿਉਹਾਰ ਜਿਹੜਾ ਹੈ ਅਸੀਂ ਮਨਾ ਰਹੇ ਹਾਂ, ਔਰ ਸਾਨੂੰ ਸਾਡਾ ਬਚਪਨ ਵਾਕਈ ਯਾਦ ਆ ਗਿਆ ਹੈ। ਇਸ ਕਰਕੇ ਸ਼ੁਕਰਗੁਜ਼ਾਰ ਅਸੀਂ ਚਾਹਲ ਟਰੀ ਫਾਰਮ ਹਾਊਸ ਵਾਲਿਆਂ ਦਾ।